ਕੀਤਾ ਜੀ ਗੁੱਡ ਮਾਰਨਿੰਗ ਸਾਰਿਆਂ ਦੇ ਸਤਿ ਸ੍ਰੀ ਅਕਾਲ ਆਪਾਂ ਪਹੁੰਚ ਚੁੱਕੇ ਹਾਂ ਬਿਊਟ ਤੇ ਮੈਂ 2 ਦਿਨ ਹੋ ਗਏ ਕੋਈ ਵਲੌਗ ਵਲੂਗ ਨਹੀਂ ਬਣਾਇਆ ਆਪਾਂ ਚਲੀ ਜਾਂਦੇ ਹਾਂ ਅਤੇ ਹੁਣ ਬਿਊਟ ਦੀ ਹਿੱਲ ਦੇ ਉੱਤੇ ਹਾਂ ਤੁਹਾਨੂੰ ਅੱਗੇ ਦਾ ਹਾਲ ਦਿਖਾਉਂਦੇ ਖਰੀ ਅੱਗੇ ਐਕਸੀਡੈਂਟ ਹੋਇਆ ਆ ਮੇਰੇ ਖਿਆਲ ਨਾਲ ਟ੍ਰੈਫਿਕ ਲੱਗ ਗਿਆ ਇੱਕਦਮ ਸੋ ਜਿਹਦਾ ਐਕਸੀਡੈਂਟ ਹੋਇਆ ਟਾਈਮ ਬਹੁਤ ਖਰਾਬ ਹੋਣਾ ਆਪਣਾ ਉਹ ਹੋਇਆ ਕੁਛ ਤਕੜਾ ਹੀ ਹੋਇਆ लेफ्ट लेन क्लोज्ड क्या हुआ है यहाँ पे मैं लगता क्लियर करता है कुछ होया सी इत्थे अच्छा इत्थे होया या इत्थे होया सीगा कोई ट्रक ट्रुक खिल रहा है उदा ओ आ मटीरियल जो उत्ते सैंड जी सेट देंदे हुंदे आ कि ओ जेड़ा ऑयल वगैरह होवे उहदे करके स्लिपरी ना होवे रोड अच्छा ट्रक पन होया ट्रक लै गए आ चक के पीटरबिल्ट सी उहदी हुड कल्ली ओ फ्लैट छोटे फ्लैट डेक ते पई सीगी तो अभी ट्रक स्पीड जोन आ गया आ मैं अज सुत्ता उत्थे 10 घंटे मैं मिनी ब्लॉग बनाया मे बी तुसीं देखिया होवे जे वधिया लगा तो दस्सियो यार मैनूं मेरा दिल करदा कि आपां मिनी ब्लॉग च कन्वर्ट कर दईए सारा कुछ ते आ धुप बड़ी निकली अक्खां च पैंदा पानी जां इत्थे आ के गिल्ला मिलिया रोड उत्थां सही मिलिया आपां नूं सारा रोड अज आपां 212 तों ही जाणा फिर पर उत्थे हुण टैंपरेचर हाई दिखा रिहा सो मे बी आपां नूं रोड सही मिले अज ਖਲਾਰਾ ਪਿਆ ਜੀ ਹਾਈਵੇ ਬੰਦ ਹੋਇਆ ਹੈਗਾ ਹਾਲ ਦੇਖੋ ਅਜੇ ਵੀ ਹੈਗੀ ਆ ਸਨੋ ਉਦਣ ਦੀ ਆ ਉਹੀ ਹਿੱਲ ਆ ਉਦਾਂ ਇੱਥੇ ਨੀ ਮੇਰਾ ਟਰੱਕ ਨਾ ਜਿਹੜਾ ਰੁਕਿਆ ਸੀਗਾ ਉਹ ਪਿਛਲੀ ਹਿੱਲ ਆ ਇਹਤੋਂ ਅਗਲੀ ਆ ਜਿਹੜੀ ਆਉਣੀ ਇਹਤੋਂ ਬਾਅਦ ਤੇ ਆ ਕੀ ਇਹਨੂੰ ਕਹਿੰਦੇ ਆ ਉਦਣ ਤਾਂ ਇੰਨਾ ਬੁਰਾ ਹਾਲ ਸੀਗਾ ਨਾ ਇੱਥੇ ਦਾ ਮੈਂ ਤਾਂ ਉਹ ਵਾਲਾ ਬਲੌਗ ਨਹੀਂ ਪਿਆ ਉਦਾਂ ਅਸਲ ਦੇ ਵਿੱਚ ਉਹ ਅਪਲੋਡ ਨਹੀਂ ਹੋਇਆ ਕਿਉਂਕਿ ਉਹ ਨਹੀਂ ਹੋਇਆ ਬਲੌਗ ਦਾ ਜਿਹੜਾ ਡਾਟਾ ਨਾ ਮੇਰੇ ਲੈਪਟਾਪ ਦੇ ਵਿੱਚ ਰਹਿ ਗਿਆ ਅਤੇ ਮੈਂ ਕੰਮ 'ਤੇ ਨਿਕਲਿਆ ਆ ਮੇਰਾ ਐਡਿਟ ਕਰਨ ਦਾ ਟਾਈਮ ਨਹੀਂ ਲੱਗਾ ਸੋ ਜਦੋਂ ਜਾਊਂਗਾ ਉਦੋਂ ਕਰੂੰਗਾ ਅਪਲੋਡ ਪਰ ਅੱਗੇ ਸੋਹਣਾ ਦੇਖੋ ਕਿੰਨਾ ਲੱਗਦਾ ਪਿਆ ਉੱਦਣ ਤਾਂ ਬਹੁਤ ਭੈੜਾ ਲੱਗ ਰਿਹਾ ਸੀ ਅੱਜ ਸੋਹਣਾ ਲੱਗਦਾ ਪਿਆ ਉੱਦਣ ਤਾਂ ਬਹੁਤ ਭੈੜਾ ਲੱਗਦਾ ਸੀਗਾ ਭਰਾ ਕਿਉਂ ਬ੍ਰੇਕਾਂ ਲਾ ਰਿਹਾ ਆ ਸਿੱਧਾ ਰੋਡ ਆ ਕਿੰਨਾ ਚਿੱਟੀ ਚਿੱਟੀ ਸਨੋਹ ਕਿੰਨੀ ਸੋਹਣੀ ਲੱਗਦੀ ਪਈ ਆ ਨਾ ਵਾਹ ਬਈ ਅੱਜ ਤਾਂ ਸਹੀ ਮਿਲਿਆ ਤਾਂ ਇੱਥੇ ਟੈਂਪਰੇਚਰ ਬਹੁਤ ਉੱਤੇ ਚਲ ਗਿਆ ਹੁਣ ਤਾਂ ਮੇ ਬੀ ਉਹ ਲਾਸਟ ਸਨੋ ਹੀ ਸੀਗੀ ਇਹ ਤੋਂ ਬਾਅਦ ਹੁਣ ਸਨੋ ਨਹੀਂ ਪੈਣੀ ਹੈਗੀ ਦੇਖੋ ਕਿੰਨੇ ਘੈਂਟ ਹੋਏ ਆ ਸਕੇਲ ਆ ਸਕੇਲ ਖੁੱਲੀ ਵੀ ਆ ਮੈਂ ਇੱਥੇ ਨਾ ਪਿਛਲੇ ਵੀਕ ਅੱਜ 75 ਫਾਰਨਹਾਈਟ ਇੱਥੇ ਟੈਂਪਰੇਚਰ ਹੋਇਆ ਆ ਪਿਛਲੇ ਵੀਕ ਇੱਥੇ ਮਾਈਨਸ ਮਤਲਬ 29 ਫਾਰਨਹਾਈਟ ਸੀਗਾ ਇੱਕਦਮ ਹੀ ਇੰਨਾ ਅੱਪ ਚੱਲ ਗਿਆ ਹਾਈ ਚੱਲ ਗਿਆ ਮੈਂ ਕਿਹਾ ਵਾਸ਼ਰੂਮ ਕਰ ਲਈਏ ਕਿਉਂਕਿ ਹੁਣ ਆਪਾਂ ਇੱਥੋਂ 150 ਮੀਲ ਕੋਈ ਵਾਸ਼ਰੂਮ ਵਗੈਰਾ ਨਹੀਂ ਮਿਲਣਾ ਆਪਾਂ ਉੱਠ ਗਏ ਹਾਂ ਆਪਣੀ 3ਜੀ ਸ਼ਿਫਟ ਹੋ ਗਈ ਆ ਸ਼ੁਰੂ ਮੈਂ ਨਾ ਅੱਜ ਛੋਟੇ ਛੋਟੇ ਬਣਾ ਰਿਹਾ ਵਲੌਗ ਅਤੇ ਆਪਣੀ 3ਜੀ ਸ਼ਿਫਟ ਹੋ ਗਈ ਸ਼ੁਰੂ ਇੰਨੀ ਤੇਜ਼ ਹਵਾ ਚੱਲ ਰਹੀ ਹੈ ਨਾ ਔਰ ਇੱਥੇ ਆਪਾਂ ਹੁਣ ਮੈਂ ਦਵਾ ਮੈਂ ਕਿਹਾ ਯਾਰ ਸ਼ਾਵਰ ਲੈ ਆਵਾਂ ਸੁੱਤਾ ਮੈਂ ਪਿੱਛੇ ਸੀਗਾ ਚੋਰੀ ਨਹੀਂ ਹੁੰਦਾ ਉਹ ਗਾਣਾ ਬਣਾਉਂਦਾ ਸੁੱਤਾ ਮੈਂ ਪਿੱਛੇ ਰੈਸਟ ਏਰੀਏ ਦੇ ਵਿੱਚ ਸੀਗਾ ਅਤੇ ਉੱਥੋਂ ਨਿਕਲ ਗਿਆ ਕਿ ਆ ਗਏ ਉਹਨੂੰ ਪਾਰਕਿੰਗ ਕਰੀ ਉਹ ਖੜਾ ਆਪਣਾ ਟਰੱਕ ਹਿਸਾਬ ਲਾਓ ਕੱਪੜੇ ਕਿੱਦਾਂ ਹਿੱਲਦੇ ਪਏ ਆ ਤੇ ਮੈਂ ਉੱਤੋਂ ਕੱਛਾ ਪਾ ਕੇ ਤੁਰਿਆ ਆ ਟਰੱਕ ਸਟਾਰਟ ਗੇਅਰ ਚ ਸੀਗਾ ਆਪਣਾ ਅੱਜ ਹੈਗਾ ਆ ਬੁੱਧਵਾਰ ਦੀ ਹੋਈ ਆ ਇੱਥੇ ਦੁਪਹਿਰ ਅੱਜ ਚਲਾਵਾਂਗੇ ਅੱਜ ਆਪਾਂ ਜਾ ਕੇ ਮੇਰੇ ਖਿਆਲ ਨਾਲ ਸੈਂਡ ਬੋਲ ਟੱਪ ਜਾਣਾ ਆ ਠੀਕ ਆ ਸੈਂਡ ਬੋਲ ਟੱਪ ਕੇ ਅਤੇ ਉੱਥੇ ਕਿਤੇ ਸੋਵਾਂਗੇ ਸੈਂਟ ਲੂਇਸ ਟੱਪ ਕੇ ਉੱਥੇ ਸੋਵਾਂਗੇ ਉਸ ਤੋਂ ਬਾਅਦ ਆਪਣੀ 1 ਸ਼ਿਫਟ ਹੋ ਰਿਹਾ ਅਤੇ ਆਪਾਂ ਪਰਸੋਂ ਕੱਲ੍ਹ ਰਾਤ ਨੂੰ ਮਤਲਬ ਅੱਜ ਦੀ ਰਾਤ ਕੱਢ ਕੇ ਕੱਲ੍ਹ ਰਾਤ ਨੂੰ ਆਪਾਂ ਅਰਾਊਂਡ ਸਵੇਰੇ ਤੜਕੇ ਜਾਂ 12 ਵਜੇ ਪਹੁੰਚ ਜਾਣਾ ਆ ਪਹੁੰਚ ਕੇ ਉੱਥੇ ਸਵੇਰੇ ਲਾਵਾਂਗੇ ਡਿਲੀਵਰੀ ਸਵੇਰੇ ਆਪਣੀ ਡਿਲੀਵਰੀ ਹੈਗੀ ਆ 6 ਵਜੇ ਦੀ 8 ਵਜੇ ਦੀ ਸੋਰੀ 8 ਵਜੇ ਡਿਲੀਵਰੀ ਕਰਕੇ ਕੋਸਕੋ ਦਾ ਲੋਡ ਆ
ला के आप बेले हूँ मेनू लगता उत्थे छत्ती पावा उत्थे छत्ती नहीं पैनी मैं लगता छत्ती तो ज्यादा घंटे पैने क्योंकि फ्राइडे सैटरडे संडे जो फ्राइडे लोड ना मिले तो स्यापा तगड़ा ही पैना आ। सो मैं तो चाहता यार अपन फ्राइडे लोड मिल जाए फिर तो सौखे रहेंगे जो नहीं मिले फिर बहुत औखे होना भाई। अजे तो गर्मियां आईया भी नहीं अग लगी देखो एक है ना हवा बहुत ज्यादा चलती भाई बहुत तेज हवा चलती है अभी देख सकते हैं धुएं तो एक पासे तुरी करके अग बढ़ती जा रही है अगे ओ मैं अंदर ही फील हो रहा धुआं इन्ना ज्यादा आलकी देखो गर्मिया च की हाल हों भी की बुरा हाल होना अजे सुक्का पिया हो अग बढ़ाया अगे भाई आप कॉस्को आए हैं डिलीवरी नाल ही आया मैं ओके डोर नंबर 182-29-292-345 इधरली साइड ते मैं आया एंट्री किया नाल ही अपन नूं मिल गई डॉक इंदी डॉक ते ला ते नजारे लाया देता या होई जेड़ा सेम ही आ जिदा पिछलिया दिता ही ते नाल ही अपन डॉक देती सब तो घेंट जी ता होई आ 320 ते लाउणा ओह एंड जी च होणी आ किते ਚਲੋ ਫਿਰ ਲਾਈਏ ਤੇ ਲਾਈਏ ਲੋਡ ਆਪਣੇ ਕੋਲ ਪਿਕਅਪ ਵੀ ਆ ਗਈ ਤੇ ਆਪਾਂ ਜਾਣਾ ਕੈਲਗਰੀ ਇਸ ਤੋਂ ਬਾਅਦ ਤੇ ਦੁਬਾਰਾ ਲਾਈਏ ਫਿਰ ਰੁਕ ਕੇ ਲੈਂਦੇ ਹਾਂ ਪਿਕਅਪ ਕਰਕੇ ਫਿਰ ਲਵਾਂਗੇ ਸ਼ਾਵਰ ਤੇ ਫਿਰ ਸੌਵਾਂਗੇ। ਲਓ ਵੀ ਆਪਾਂ ਲੋਡ ਤਾਂ ਸਵੇਰੇ ਚੱਕ ਲਿਆ ਹੀ ਚੱਕ ਇੱਥੇ ਹੀ ਸੋ ਗਿਆ ਸੀ ਮੈਂ ਉਹਨਾਂ ਤੋਂ ਪਾਰਕਿੰਗ ਲੈ ਲਈ ਸੀਗੀ ਇੱਥੇ ਕਿਉਂਕਿ ਤੁਹਾਨੂੰ ਪਤਾ ਟਲਾਂਟਾ ਦੇ ਵਿੱਚ ਪਾਰਕਿੰਗ ਕਿਤੇ ਮਿਲਦੀ ਨਹੀਂ ਆ ਅਤੇ ਆਪਾਂ ਆਪਣੀ 10 ਘੰਟੇ ਦੀ ਇੱਥੇ ਸਲੀਪ ਪਾਈ ਸਵੇਰੇ ਕਿਉਂਕਿ ਤੜਕੇ ਤਾਂ ਪਹੁੰਚ ਗਿਆ ਹੈਗਾ ਲੋਡ ਸਵੇਰੇ ਉਹਨਾਂ ਨੇ ਕੋਸਕੋ ਵਾਲਿਆਂ 10 ਮਿੰਟਾਂ ਹੀ ਲੋਡ ਲਾ ਲਿਆ ਉਹਨਾਂ ਦਾ ਨਜ਼ਾਰੇ ਲਵਾ ਦਿੱਤੇ ਅਤੇ ਉੱਥੋਂ ਨਾਲ ਹੀ ਪਿਕਅਪ ਕਰਨੀ ਸੀਗੀ 10 ਮੀਲਾਂ ਤੋਂ ਉੱਥੋਂ ਪਿਕਅਪ ਕੀਤੀ ਅਤੇ ਇੱਥੇ ਆ ਕੇ ਸੋ ਗਿਆ ਨਾਲ ਹੀ ਅਤੇ ਆਪਣੇ ਕੋਲ ਮੈਂ ਉਹ ਆ ਇੱਦਾਂ ਜਾਲੀਆਂ ਜਿਹੀਆਂ ਆ ਜਿਹੜੀਆਂ ਲੱਗਦੀਆਂ ਹੁੰਦੀਆਂ ਆ ਫੈਂਸ ਆ ਲੋਹੇ ਵਾਲੀ ਪਲਾਸਟਿਕ ਵਾਲੀ ਆ ਅਤੇ ਹੁਣ ਆਪਾਂ ਲੱਗੇ ਹਾਂ ਤੁਰਨ ਆਪਾਂ ਜਾ ਰਹੇ ਹਾਂ ਕੈਲਗਰੀ ਅੱਜ ਅਤੇ ਆ ਬਲੌਗ ਹੁਣ ਮੈਂ ਇੱਥੇ ਖਤਮ ਕਰਦਾ ਹਾਂ ਮੈਂ ਨਿੱਕੇ 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 ਪਾਰਟ ਬਣਾਏ ਸੀਗੇ ਬਾਕੀ ਖਤਮ ਕਰਦਾ ਨਹੀਂ ਕਰਦਾ ਉਹ ਬਾਅਦ 'ਚ ਪਤਾ ਲੱਗੂ ਉੱਦਾਂ ਆਪਣੇ ਹਿਸਾਬ ਨਾਲ ਮੈਂ ਖਤਮ ਕਰਨ ਲੱਗਾ ਹਾਂ ਬਾਅਦ 'ਚ ਦੇਖ ਲਾਂਗੇ ਅਤੇ ਹੁਣ ਅੱਗੇ ਜਾ ਕੇ ਕਿਤੇ ਲੱਭ 'ਤੇ ਰੁਕਾਂਗੇ ਰਾਤ ਨੂੰ ਮੈਂ ਚਲਾਉਣਾ ਰਾਤ ਨੂੰ ਟਰੱਕ ਮੈਂ ਜਾਣ ਕੇ ਦੇਣਾ ਸੁੱਤਾ ਯਾਰ ਜੋਰ ਮੈਂ ਤਾਂ 6 ਘੰਟੇ ਸੀਗੇ ਡਰਾਈਵ ਕਰਨ ਲਈ ਪਰ ਮੈਂ ਡਰਾਈਵ ਨਹੀਂ ਕੀਤੀ ਜੋਰਜੀਆ 'ਚ ਨਹੀਂ ਚਲਾ ਹੁੰਦਾ ਟਰੱਕ ਦੇਣੇ ਇੰਨਾ ਟਰੈਫਿਕ ਆਉਣਾ ਇੱਥੇ ਤੜਕੇ ਹੀ ਇੰਨਾ ਟਰੈਫਿਕ ਸੀ ਅਤੇ ਦੇਣੇ ਤਾਂ ਇੱਥੇ ਆਰ ਪਾਰ ਹੀ ਹੁੰਦਾ ਕੰਮ ਅਤੇ ਹੁਣ ਇੱਥੇ ਵੱਜ ਗਏ ਆ 7:30 ਅਤੇ ਚਲੋ ਫਿਰ ਤੁਰੀਏ।